Hello dear students, welcome to your favorite learning channel TrueStone English Guru. I hope you all are doing really good. So ajj assi tode layi leke aaye haan IELTS ta task 1 which is map. Bahut sare students nu map de regarding bahut problems ne. So ajj di video te baad tonu koi problem nahi rahegi is task de vich. ਅਸੀਂ ਹਰ ਇੱਕ ਐਸਪੈਕਟ ਨੂੰ ਡਿਟੇਲਸ ਡਿਸਕਸ ਕਰਾਂਗੇ ਸੋ ਤੁਸੀਂ ਵੀਡੀਓ ਐਂਡ ਤੱਕ ਦੇਖਣੀ ਹੈ ਔਰ ਕੋਈ ਵੀ ਪਾਰਟ ਮਿਸ ਨਹੀਂ ਕਰਨਾ ਜੇ ਤੁਸੀਂ ਥੋੜਾ ਜਿਹਾ ਵੀ ਪਾਰਟ ਮਿਸ ਕਰਤਾ ਤੇ ਤੁਹਾਨੂੰ ਕਨਫਿਊਜ਼ਨ ਹੋ ਜਾਏਗੀ ਸੋ ਪੂਰੀ ਕਲੈਰਿਟੀ ਦੇ ਲਈ ਵੀਡੀਓ ਐਂਡ ਤੱਕ ਜ਼ਰੂਰ ਦੇਖੋ ਔਰ ਹਰ ਇੱਕ ਪਾਰਟ ਨੂੰ ਚੰਗੀ ਤਰ੍ਹਾਂ ਡਿਟੇਲ ਚ ਸਮਝੋ ਸੋ ਬਿਨਾਂ ਟਾਈਮ ਵੇਸਟ ਕਰਦੇ ਲੈਟਸ ਸਟਾਰਟ ਵਿਦ ਟੁਡੇਜ਼ ਲੈਸਨ ਤੁਹਾਡੇ ਸਾਹਮਣੇ ਇੱਕ ਮੈਪ ਦੀ ਇਮੇਜ ਹੈ ਸਭ ਤੋਂ ਪਹਿਲਾਂ ਅਸੀਂ ਪੜ੍ਹਦੇ ਹਾਂ ਦੀ ਸਟੇਟਮੈਂਟ The two maps below show changes to Melvin Island between 2000 and 2010. Summarize the information by selecting and reporting the main features and make comparisons where relevant. So, see, ਇਹਦੇ ਵਿੱਚ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਲਿਖਾਂਗੇ ਇੰਟਰੋਡਕਸ਼ਨ ਦੇ ਲਈ ਅਸੀਂ ਰੀਫਰੇਜ਼ ਟੈਕਨੀਕ ਯੂਜ਼ ਕਰਾਂਗੇ ਸੋ ਰੀਫਰੇਜ਼ਿੰਗ ਬੇਸਿਕਲੀ ਕੀ ਹੈ ਕਿ ਅਸੀਂ ਆਪਣੇ ਸ਼ਬਦਾਂ 'ਚ ਜੋ ਸਾਡੀ ਸਟੇਟਮੈਂਟ ਹੈ ਉਹਨੂੰ ਲਿਖਾਂਗੇ ਅਸੀਂ ਲਿਖਿਆ ਦ ਗਿਵਨ ਮੈਪਸ ਗਿਵ ਐਨ ਓਵਰਵਿਊ ਆਫ The coastal region of Melvin Island at two different times between 2000 and 2010. ਹੁਣ ਤੁਸੀਂ ਦੇਖੋ ਸਾਡੀ ਸਟੇਟਮੈਂਟ ਜਿਹੜੇ ਤੋਂ ਉਹਨਾਂ ਨੇ the two maps below ਅਸੀਂ ਉਹਦੀ ਜਗ੍ਹਾ ਲਿਖਤਾ the given maps. Then show ਦੀ ਜਗ੍ਹਾ ਸਾਡੇ ਕੋਲ ਤਿੰਨ ਆਪਸ਼ਨਸ ਨੇ ਅਸੀਂ ਲਿਖ ਸਕਦੇ ਹਾਂ given overview of ਜਾਂ ਲਿਖ ਸਕਦੇ ਹਾਂ depict ਜਾਂ ਲਿਖ ਸਕਦੇ ਹਾਂ demonstrate. ਇੱਥੇ ਅਸੀਂ ਲਿਖਤਾ given overview of. ਰਾਈਟ ਉਸ ਤੋਂ ਬਾਅਦ ਮੈਲਵਿਨ ਆਈਲੈਂਡ ਤਾਂ ਨੇਮ ਅਸੀਂ ਐਜ਼ ਇਟ ਇਜ਼ ਯੂਜ਼ ਕਰਾਂਗੇ ਪਰ ਨਾਲ ਅਸੀਂ ਐਡ ਕਰ ਦਿੱਤਾ ਦ ਕੋਸਟਲ ਰੀਜਨ ਆਫ ਐਂਡ ਦੈਨ ਬਿਟਵੀਨ 2000 ਐਂਡ 2010 ਇਹ ਤਾਂ ਅਸੀਂ ਲਿਖਿਆ ਪਰ ਇਹਦੇ ਨਾਲ ਅਸੀਂ ਇੱਕ ਐਡ ਕੀਤਾ ਐਟ ਟੂ ਡਿਫਰੈਂਟ ਟਾਈਮਸ ਕਿਉਂਕਿ ਦੋ ਡੇਟਸ ਦਾ ਮੈਂਸ਼ਨ ਹੈ ਸੋ ਅਸੀਂ ਐਡ ਕਰਤਾ ਐਟ ਟੂ ਡਿਫਰੈਂਟ ਟਾਈਮਸ ਬਿਟਵੀਨ 2000 ਐਂਡ 2010 ਬਟ ਜੇ ਤੁਹਾਡੇ ਕੋਲ ਜ਼ਿਆਦਾ ਡੇਟਸ ਨੇ ਮੰਨ ਲਓ ਥਰੀ ਡਿਫਰੈਂਟ ਟਾਈਮਸ ਨੇ ਤੁਸੀਂ ਥਰੀ ਲਿਖ ਸਕਦੇ ਹੋ ਤੋਂ ਜ਼ਿਆਦਾ ਉਸ ਅਕੋਰਡਿੰਗਲੀ ਤੁਸੀਂ ਉਹ ਨੰਬਰ ਪਾ ਸਕਦੇ ਹੋ ਐਂਡ ਦੈਨ ਅਸੀਂ ਜੇ ਤੁਹਾਡੀਆਂ ਡੇਟਸ ਦੋ ਤੋਂ ਜ਼ਿਆਦਾ ਨੇ ਤਾਂ ਅਸੀਂ ਇੱਥੇ ਬਿਟਵੀਨ ਦੀ ਜਗ੍ਹਾ ਯੂਜ਼ ਕਰਾਂਗੇ ਅਮੰਗ ਇਹ ਧਿਆਨ ਰੱਖਣਾ ਕਿ ਜੇ ਤੁਹਾਡੇ ਕੋਲ ਦੋ ਡੇਟਸ ਨੇ ਤਾਂ ਹੀ ਤੁਸੀਂ ਬਿਟਵੀਨ ਯੂਜ਼ ਕਰੋਗੇ ਅਤੇ ਦੋ ਤੋਂ ਜ਼ਿਆਦਾ ਲਈ ਤੁਸੀਂ ਯੂਜ਼ ਕਰੋਗੇ ਅਮੰਗ ਇਹ ਹੋ ਗਈ ਸਾਡੀ ਇੰਟਰੋਡਕਸ਼ਨ ਨੈਕਸਟ ਅਸੀਂ ਲਿਖਾਂਗੇ ਓਵਰਆਲ ਸੋ ਓਵਰਆਲ ਸਟੂਡੈਂਟ ਜਦ ਅਸੀਂ ਲਿਖਣਾ ਹੈ ਤੁਸੀਂ ਇਹ ਧਿਆਨ ਰੱਖਣਾ ਕਿ ਓਵਰਆਲ 'ਚ ਅਸੀਂ ਕਿਸੇ ਵੀ ਤਰ੍ਹਾਂ ਦੀ ਡਿਸਕ੍ਰਿਪਸ਼ਨ ਨਹੀਂ ਦੇਣੀ ਕੋਈ ਵੀ ਇਹ ਨਹੀਂ ਲਿਖਣਾ ਵੀ ਇਹਦੀ ਜਗ੍ਹਾ ਇਹ ਬਣਿਆ ਹੈ ਜਾਂ ਇਹ ਨਵਾਂ ਬਣਿਆ ਅਸੀਂ ਓਵਰਆਲ 'ਚ ਸਿਰਫ ਇੱਕ ਐਗਜ਼ਾਮਿਨਰ ਨੂੰ ਹਿੰਟ ਦੇਣਾ ਹੈ ਕਿ ਇਸ ਮੈਪ ਦੇ ਵਿੱਚ ਚੇਂਜਸ ਆਏ ਨੇ ਔਰ ਨਵੀਆਂ ਚੀਜ਼ਾਂ ਬਣੀਆਂ ਕਿਸੇ ਵੀ ਤਰ੍ਹਾਂ ਦੀ ਡਿਸਕ੍ਰਿਪਸ਼ਨ ਨਹੀਂ ਦੇਣੀ ਉਹ ਸਾਡਾ ਥਰਡ ਪੈਰਾਗ੍ਰਾਫ ਹੋਏਗਾ ਸੋ ਓਵਰਆਲ 'ਚ ਅਸੀਂ ਲਿਖਾਂਗੇ ਓਵਰਆਲ ਇਟ ਇਜ਼ ਕਲੀਅਰ ਦੈਟ ਬਿਟਵੀਨ ਦ ਟੂ ਡੇਟਸ ਅ ਨੰਬਰ ਆਫ ਸਿਗਨੀਫਿਕੈਂਟ ਚੇਂਜਸ ਵਰ ਮੇਡ ਟੂ ਦ ਏਰੀਆ ਕਪਲਡ ਵਿਦ ਇਸਟੈਬਲਿਸ਼ਮੈਂਟ ਆਫ ਨਿਊ ਅਮੈਨਿਟੀਜ਼ ਓਵਰਆਲ ਵਰਡ ਅਸੀਂ ਲਿਖਿਆ ਉਸ ਤੋਂ ਬਾਅਦ ਅਸੀਂ ਲਿਖਿਆ ਇਟ ਇਜ਼ ਕਲੀਅਰ ਦੈਟ ਬਿਟਵੀਨ ਟੂ ਡੇਟਸ ਕਿਉਂਕਿ ਸਾਨੂੰ ਦੋ ਡੇਟਸ ਦਿੱਤੀਆਂ ਸੋ ਅਸੀਂ ਇੱਥੇ ਬਿਟਵੀਨ ਟੂ ਡੇਟਸ ਲਿਖਤੀਆਂ ਬਟ ਜੇ ਤੁਹਾਡੇ ਕੋਲ ਜ਼ਿਆਦਾ ਡੇਟਸ ਹੋਣਗੇ ਤੁਸੀਂ ਉਹਦੇ ਅਕੋਰਡਿੰਗ ਯੂਜ਼ ਕਰ ਲੋਗੇ ਔਰ ਬਿਟਵੀਨ ਦੀ ਜਗ੍ਹਾ ਅਮੰਗ ਯੂਜ਼ ਕਰ ਲੋਗੇ ਅ ਨੰਬਰ ਆਫ ਸਿਗਨੀਫਿਕੈਂਟ ਚੇਂਜਸ ਦੈਟ ਮੀਨਸ ਕਾਫੀ ਜ਼ਿਆਦਾ ਚੇਂਜਸ ਹੋਏ ਵਰ ਮੇਡ ਟੂ ਦ ਏਰੀਆ ਇਸ ਲਾਈਨ ਨੂੰ ਤੁਸੀਂ ਐਗਜੈਕਟਲੀ ਆਪਣੇ ਓਵਰਆਲ 'ਚ ਐਜ਼ ਇਟ ਇਜ਼ ਲਿਖ ਸਕਦੇ ਹੋ ਸਿਰਫ ਇਹ ਹੈ ਕਿ ਡੇਟਸ ਨੂੰ ਜਿਹੜਾ ਉਹ ਚੇਂਜ ਕਰ ਦਿੰਦੇ ਅਕੋਰਡਿੰਗਲੀ ਜੇ ਜ਼ਿਆਦਾ ਹੈ ਤੇ ਦੈਨ ਕਪਲਡ ਵਿਦ ਮਤਲਬ ਨਾਲ ਦੇ ਨਾਲ ਚੇਂਜਸ ਤਾਂ ਹੋਏ ਹੋਏ ਬਟ ਨਾਲ ਦੇ ਨਾਲ ਕੀ ਹੋਇਆ ਇਸਟੈਬਲਿਸ਼ਮੈਂਟ ਆਫ ਨਿਊ ਅਮੈਨਿਟੀਜ਼ ਕਿ ਨਵੀਆਂ ਚੀਜ਼ਾਂ ਵੀ ਬਣੀਆਂ ਇਸਟੈਬਲਿਸ਼ ਮਤਲਬ ਬਣੀਆਂ ਸੋ ਨਵੀਆਂ ਚੀਜ਼ਾਂ ਵੀ ਬਣੀਆਂ ਸੋ ਓਵਰਆਲ ਦੇ ਵਿੱਚ ਅਸੀਂ ਸਿਰਫ ਦੋ ਚੀਜ਼ਾਂ ਹੀ ਦੱਸਾਂਗੇ ਚੇਂਜਸ ਜਿਹੜੇ ਕੀ ਹੋਏ ਨੇ ਉਹਦੇ ਬਾਰੇ ਗੱਲ ਕਰਾਂਗੇ ਅਤੇ ਜਿਹੜੀਆਂ ਨਵੀਆਂ ਚੀਜ਼ਾਂ ਬਣੀਆਂ ਉਹਦੇ ਬਾਰੇ ਗੱਲ ਕਰਾਂਗੇ ਸੋ ਇਸ ਤਰੀਕੇ ਨਾਲ ਤੁਸੀਂ ਆਪਣਾ ਓਵਰਆਲ ਲਿਖ ਸਕਦੇ ਹੋ ਔਰ ਤੁਸੀਂ ਜੋ ਅਸੀਂ ਇਹ ਲਿਖਾਇਆ ਤੁਸੀਂ ਇਹਨੂੰ ਐਜ਼ ਇਟ ਇਜ਼ ਹੀ ਆਪਣੇ ਪੇਪਰ ਦੇ ਵਿੱਚ ਆਪਣੇ ਮੈਪ ਦੇ ਵਿੱਚ ਯੂਜ਼ ਕਰ ਸਕਦੇ ਹੋ ਹੁਣ ਤੁਸੀਂ ਦੇਖੋ ਕਿ ਤੁਹਾਡੇ ਸਾਹਮਣੇ ਮੈਪ ਦੀ ਇਮੇਜ ਹੈ ਇਹਦੇ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਡਾਇਰੈਕਸ਼ਨਸ ਸੋ ਡਾਇਰੈਕਸ਼ਨ ਸਾਈਡ ਤੇ ਤੁਹਾਨੂੰ ਦਿੱਤੀਆਂ ਵੀ ਹੋਈਆਂ ਨੇ ਨਾਰਥ ਸਾਊਥ ਈਸਟ ਵੈਸਟ ਪਰ ਤੁਹਾਨੂੰ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਡਾਇਰੈਕਸ਼ਨਸ ਦੇਖਣੀਆਂ ਕਿੱਦਾਂ ਮੈਪ ਦੇ ਵਿੱਚ ਸੋ ਜਦ ਵੀ ਅਸੀਂ ਮੈਪ ਕਰਨਾ ਸੀ ਪਹਿਲਾਂ ਇੱਕ ਸੈਂਟਰ ਪੁਆਇੰਟ ਲੈਣਾ ਨਾ ਜਿਹਦੇ ਆਲੇ ਦੁਆਲੇ ਅਸੀਂ ਦੇਖਣਾ ਜਿਹਦੇ ਵੈਸਟ ਜਾਂ ਈਸਟ ਡਿਸਕ੍ਰਿਪਸ਼ਨ ਵੇਲੇ ਅਸੀਂ ਯੂਜ਼ ਕਰਨਾ ਹੁਣ ਤੁਸੀਂ ਦੇਖੋ ਇਹਦੇ 'ਚ ਸਾਡਾ ਸੈਂਟਰ ਪੁਆਇੰਟ ਅਸੀਂ ਲਵਾਂਗੇ ਵਿਲੇਜ ਰਾਈਟ ਸੋ ਵਿਲੇਜ ਦੀ ਤੁਸੀਂ ਈਸਟ ਵਾਲੀ ਸਾਈਡ ਦੇਖੋ ਸਾਡੇ ਕੋਲ ਵੁੱਡਲੈਂਡ ਹੈ ਰਾਈਟ ਸੋ ਵਿਲੇਜ ਦੇ ਨੌਰਥ ਵਾਲੀ ਸਾਈਡ ਉੱਪਰ ਦੇਖੋ ਫਾਰਮਲੈਂਡ ਹੈ ਅਤੇ ਫਿਰ ਇੱਕ ਵੁੱਡਲੈਂਡ ਹੈ ਸੋ ਟਾਕਿੰਗ ਅਬਾਊਟ ਵਿਲੇਜ ਦੇ ਵੈਸਟ ਦੇ ਵਿੱਚ ਸਾਡੇ ਕੋਲ ਟੀ ਰੂਮਸ ਨੇ ਜਾਂ ਇੱਕ ਫਾਰਮਲੈਂਡ ਹੈ ਔਰ ਨੌਰਥ ਵੈਸਟ ਵਾਲੀ ਸਾਈਡ ਇੱਕ ਮੋਟੈਲ ਹੈ ਅਤੇ ਗਰਾਜਸ ਨੇ ਹੁਣ ਅਸੀਂ ਡਾਇਰੈਕਸ਼ਨ ਦੇਖਣੀ ਕਿੱਦਾਂ
अच्छा जिदा जे मान लो कि नॉर्थ या ईस्ट के विच कोई चीज़ है असू लिखेंगे नॉर्थ ईस्ट राइट तो फिर साउथ तो ईस्ट के विच कोई चीज़ है असू साउथ ईस्ट लिखेंगे ईस्ट साउथ नहीं लिखना सो इदा आएगा नॉर्थ ईस्ट नॉर्थ वैसट साउथ ईस्ट साउथ वैसट इस तरीके नाल डायरेक्शंस लिखनी है राइट सो तुसी इनू कंफ्यूज नहीं करना जे कुछ भी असी राइट या लेफ्ट का लिखना असी नॉर्थ ईस्ट या साउथ ईस्ट लिखांगे या फिर साउथ वेस्ट या नॉर्थ वेस्ट लिखांगे इस तरीके नाल डायरेक्शंस नू लिखना है राइट हुण तुसी देखो असी ऑलरेडी दस चुके विलेज साडा सेंटर पॉइंट असी ले लिया हुण इहदे नॉर्थ च देखो उपर वाली साइड फार्मलैंड ते वुडलैंड है राइट ईस्ट दे विच वुडलैंड फिर वड्डा जिहा वुडलैंड है और उस तो बाद इहदे वैसट दे विच टी रूम्स ने दैन नॉर्थ वैसट दे विच मोटेल गैराजेस ने और वैसट वाली साइड एग्जैक्टली फार्मलैंड है हुण असीं डिस्क्राइब करांगे कि की हैगा है और असीं डिस्क्रिप्शन दे विच इन्ना पहला असीं 2000 मैनुअल आइलैंड इन 2000 नूं ही डिस्क्राइब करांगे कि की हैगा राइट सो चलो शुरू करदे हां असीं अपनी डिस्क्रिप्शन लुकिंग एट द फर्स्ट मैप जे असीं पहले मैप नूं देखिए It can be seen that the coastal area was largely underdeveloped with a village surrounded by woodland and farmland. ਹੁਣ ਤੁਸੀਂ ਦੇਖੋ ਵਿਲੇਜ ਨੂੰ ਅਸੀਂ ਆਪਣਾ ਸੈਂਟਰ ਪੁਆਇੰਟ ਮੰਨਿਆ ਰਾਈਟ ਹੁਣ ਵਿਲੇਜ ਦੇ ਤੁਸੀਂ ਆਲੇ ਦੁਆਲੇ ਦੇਖੋ ਸਰਾਊਂਡਿੰਗ ਕੀ ਹੈ ਵੁੱਡਲੈਂਡ ਹੈ ਅਤੇ ਫਾਰਮਲੈਂਡ ਹੈ ਅਸੀਂ ਗੱਲ ਕੀਤੀ ਲਾਰਜਲੀ ਅੰਡਰ ਡਿਵਲਪਡ ਕਿਉਂਕਿ ਜ਼ਿਆਦਾਤਰ ਅੰਡਰ ਡਿਵਲਪਡ ਹੀ ਹੈ ਕਿਉਂਕਿ ਇੱਥੇ ਹੋਰ ਕੁਛ ਹੈ ਨਹੀਂ ਹੁਣ ਜ਼ਿਆਦਾਤਰ ਜਦ ਵੀ ਤੁਸੀਂ ਮੈਪਸ ਕਰੋਗੇ ਤੁਹਾਡੀ ਜਿਹੜੀ ਪਹਿਲਾ ਮੈਪ ਹੋਏਗਾ ਉੱਥੇ ਅੰਡਰ ਡਿਵਲਪਮੈਂਟ ਹੀ ਹੋਏਗੀ ਤਾਂ ਹੀ ਅਸੀਂ ਨੈਕਸਟ ਇਮੇਜ ਵਿੱਚ ਡਿਵਲਪਮੈਂਟ ਦੀ ਗੱਲ ਕਰਾਂਗੇ सो इत भी देखो अंडर डिवलपमेंट है लार्जली अंडर डिवलप क्योंकि ज्यादा कुछ है नहीं इतने सो विद द विलेज विलेज साडा सेंटर पॉइंट है सराउंडेड बाय देखो वुडलैंड है ते फार्मलैंड है उस तो बाद देयर वर ओनली टू फैसिलिटीज फॉर विजिटर सो जे भी कोई आंदा है इतने कोई भी विजिटर आंदा है उहदे लई सिर्फ दो फैसिलिटीज ने की ने अ मोटेल टू द नॉर्थ वैसट हुण मोटेल वट इज मोटेल बेसिकली ए होटैल और मोटर ये दो वर्ड्स का कॉम्बीनेशन है मोटेल सो ਤੁਸੀਂ ਹਾਈਵੇ ਤੇ ਦੇਖਿਆ ਹੋਣਾ ਯੂਜੂਲੀ ਕਿ ਮੋਟੈਲਸ ਕੀ ਹੁੰਦੇ ਨੇ ਕਿ ਉਹ ਵਾਲੇ ਏਰੀਆ ਜਿੱਥੇ ਖਾਣ ਪੀਣ ਦੀ ਸੁਵਿਧਾ ਵੀ ਹੈ ਰਾਈਟ ਔਰ ਨਾਲ ਦੇ ਨਾਲ ਤੁਹਾਡੀ ਗੱਡੀਆਂ ਦੇ ਲਈ ਸਰਵਿਸ ਲਈ ਉਹਨਾਂ ਦੀ ਵਾਸ਼ਿੰਗ ਦੇ ਲਈ ਵੀ ਅਵੇਲੇਬਿਲਿਟੀ ਹੁੰਦੀ ਹੈ ਸੋ ਉਹਨੂੰ ਅਸੀਂ ਕਹਿੰਦੇ ਹਾਂ ਮੋਟੈਲ ਸੋ ਦੇਖੋ ਨਾਰਥ ਵੈਸਟ ਦੇ ਵਿੱਚ ਮੋਟੈਲ ਹੈ ਐਂਡ ਟੀ ਰੂਮਸ ਇਨ ਦਾ ਵੈਸਟ ਆਫ ਦਾ ਵਿਲੇਜ ਸੋ ਟੀ ਰੂਮਸ ਵੈਸਟ ਦੇ ਵਿੱਚ ਨੇ ਵਿਲੇਜ ਦੇ ਔਰ ਮੋਟੈਲ ਜਿਹੜਾ ਨਾਰਥ ਵੈਸਟ ਹੈ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਫੈਸਿਲਿਟੀਜ਼ ਨਹੀਂ ਹੈ ਸਿਰਫ ਫਾਰਮਲੈਂਡ ਅਤੇ ਵੁੱਡਲੈਂਡ ਹੀ ਹੈ ਬਸ ਇਹ 'ਚ ਹੋਰ ਕੁਛ ਨਹੀਂ ਹੈ ਸਾਡੇ ਕੋਲ ਪਹਿਲੇ ਮੈਪ 'ਚ ਇੱਥੇ ਸਾਡੀ ਪਹਿਲੇ ਮੈਪ ਦੀ ਡਿਸਕ੍ਰਿਪਸ਼ਨ ਖਤਮ ਹੁੰਦੀ ਹੈ ਹੁਣ ਅਸੀਂ ਗੱਲ ਕਰਾਂਗੇ ਆਪਣੇ 2010 ਦੀ ਪਿਕਚਰ ਦੇ ਬਾਰੇ ਟੂ ਟਰਨ ਟੂ ਦ ਸੈਕਿੰਡ ਮੈਪ ਇਟ ਇਜ਼ ਕਲੀਅਰ ਦੈਟ ਮੈਨੀ ਡਿਵਲਪਮੈਂਟਸ ਟੁੱਕ ਪਲੇਸ ਹੁਣ ਸੈਕਿੰਡ ਮੈਪ 'ਚ ਤੁਸੀਂ ਦੇਖੋ ਕਾਫੀ ਜ਼ਿਆਦਾ ਡਿਵਲਪਮੈਂਟਸ ਹੋਈਆਂ ਸੀ ਇਹਦੇ 'ਚ ਉਹੀ ਗੱਲ ਕਰਾਂਗੇ ਦ ਮੋਟੈਲ ਵਾਸ ਟਰਨਡ ਇਨ ਟੂ ਅ ਹੋਟੈਲ ਕੰਪਲੈਕਸ ਤੁਸੀਂ ਦੇਖੋ ਜਿਹੜਾ ਨੌਰਥ ਵੈਸਟ ਵਿੱਚ ਮੋਟੈਲ ਸੀ ਉਹਨੂੰ ਚੇਂਜ ਕਰਕੇ ਰਾਈਟ ਉਹਨਾਂ ਨੇ ਹੋਟੈਲ ਕੰਪਲੈਕਸ ਬਣਾ ਦਿੱਤਾ ਹੁਣ ਜਿਹੜਾ ਮੋਟੈਲ ਹੈ ਆਈ ਹੈਵ ਆਲਰੇਡੀ ਟੋਲਡ ਯੂ ਕਿ ਉਹਦੇ ਵਿੱਚ ਖਾਣ ਪੀਣ ਦੇ ਨਾਲ ਨਾਲ ਗੱਡੀਆਂ ਦੀ ਸਰਵਿਸ ਜਾਂ ਉਹਨਾਂ ਦੀ ਵਾਸ਼ਿੰਗ ਜਾਂ ਕੁਛ ਵੀ ਇਹ ਸਰਵਿਸਿਸ ਪ੍ਰੋਵਾਈਡ ਹੁੰਦੀਆਂ ਸੋ ਹੋਟੈਲ ਬੇਸਿਕਲੀ ਕੀ ਹੈ ਮੋਟੈਲ ਦਾ ਅਪਗ੍ਰੇਡ ਵਰਜਨ ਜਿਹ 'ਚ ਜਿਹੜਾ ਗੱਡੀਆਂ ਵਾਲਾ ਸਿਸਟਮ ਹਟਾ ਕੇ ਬਸ ਖਾਣ ਪੀਣ ਦਾ ਜਾਂ ਰਹਿਣ ਦਾ ਸਿਸਟਮ ਹੈ ਸੋ ਉਹਨਾਂ ਨੇ ਕੀ ਕੀਤਾ ਮੋਟੈਲ ਨੂੰ ਚੇਂਜ ਕੀਤਾ ਸੋ ਮੋਟੈਲ ਨੂੰ ਢਾਇਆ ਨਹੀਂ ਹੈ ਬਟ ਉਹਦੇ ਵਿੱਚ ਰੈਨੋਵੇਸ਼ਨ ਕਰਕੇ ਚੇਂਜ ਕਰਕੇ ਹੋਟੈਲ ਬਣਾ ਦਿੱਤਾ ਐਗਜ਼ਾਮਪਲ ਦੇਖੋ ਜੇ ਮੰਨ ਲਓ ਕਿ ਸਾਡੇ ਕੋਲ ਇੱਕ ਡਿਸਪੈਂਸਰੀ ਹੈ ਅਸੀਂ ਡਿਸਪੈਂਸਰੀ ਨੂੰ ਪੂਰੀ ਤਰ੍ਹਾਂ ਢਾ ਕੇ ਕਲੀਨਿਕ ਨਹੀਂ ਬਣਾਵਾਂਗੇ ਅਸੀਂ ਡਿਸਪੈਂਸਰੀ 'ਚ ਚੇਂਜਸ ਕਰਕੇ ਉਹਨੂੰ ਅਪਗ੍ਰੇਡ ਕਰਕੇ ਅਸੀਂ ਕਲੀਨਿਕ ਬਣਾ ਸਕਦੇ ਹਾਂ ਇਸੇ ਤਰੀਕੇ ਨਾਲ ਉਹਨਾਂ ਨੇ ਕੀ ਕੀਤਾ ਮੋਟੈਲ ਨੂੰ ਚੇਂਜ ਕਰਕੇ ਹੋਟੈਲ ਕੰਪਲੈਕਸ ਬਣਾ ਦਿੱਤਾ ਅਸੀਂ ਇੱਥੇ ਲਿਖਿਆ ਦ ਮੋਟੈਲ ਵਾਸ ਟਰਨਡ ਇਨ ਟੂ ਰਾਈਟ ਹੁਣ ਦੇਖੋ ਇਸੇ ਪਾਸਟ ਟੈਂਸ ਦਾ ਅਸੀਂ ਪੈਸਿਵ ਯੂਜ਼ ਕੀਤਾ ਟਰਨ ਇਨ ਟੂ ਬੇਸਿਕਲੀ ਟਰਨ ਇਨ ਟੂ ਮਤਲਬ ਚੇਂਜ ਹੁਣ ਜਦ ਵੀ ਅਸੀਂ ਕੋਈ ਚੀਜ਼ ਨੂੰ ਪੂਰੀ ਤਰ੍ਹਾਂ ਨਾ ਢਾ ਕੇ ਪਰ ਉਹਨੂੰ ਰੈਨੋਵੇਟ ਕਰਕੇ ਜੇ ਕੋਈ ਚੀਜ਼ ਬਣਾਈ ਗਈ ਹੈ ਉਹਦੀ ਜਗ੍ਹਾ ਅਸੀਂ ਵਰਡ ਯੂਜ਼ ਕਰ ਸਕਦੇ ਹਾਂ ਟਰਨ ਇਨ ਟੂ ਜਾਂ ਫਿਰ ਤੁਸੀਂ ਯੂਜ਼ ਕਰ ਸਕਦੇ ਹੋ ਉਹਦੀ ਜਗ੍ਹਾ ਮਾਡਰਨਾਈਜ਼ ਜਾਂ ਫਿਰ ਰੈਨੋਵੇਟ ਸੋ ਇੱਦਾਂ ਹੀ ਰੈਨੋਵੇਟਿਡ ਟੂ ਮਾਡਰਨਾਈਜ਼ਡ ਟੂ ਤੁਸੀਂ ਤਿੰਨਾਂ ਸ਼ਬਦਾਂ ਵਿੱਚੋਂ ਕੋਈ ਵੀ ਵਰਡ ਯੂਜ਼ ਕਰ ਸਕਦੇ ਹੋ ਉਹਦੇ ਲਈ ਜਿੱਥੇ ਕਿਸੇ ਚੀਜ਼ ਨੂੰ ਪੂਰੀ ਤਰ੍ਹਾਂ ਨਹੀਂ ਢਾਇਆ ਗਿਆ ਪਰ ਚੇਂਜ ਕਰਕੇ ਰਾਈਟ ਤਾਂ ਉਹਨੂੰ ਬਣਾਇਆ ਗਿਆ ਸੋ ਇੱਥੇ ਦੇਖੋ ਮੋਟੈਲ ਦੀ ਜਗ੍ਹਾ ਉਹਨਾਂ ਨੇ ਹੋਟੈਲ ਨੂੰ ਚੇਂਜ ਕਰਕੇ ਬਣਾਇਆ ਪੂਰੀ ਤਰ੍ਹਾਂ ਢਾਕੇ ਨਹੀਂ ਬਣਾਇਆ ਸੋ ਸਾਡੀ ਲਾਈਨ ਕੀ ਆ ਗਈ ਦ ਮੋਟੈਲ ਵਾਸ ਟਰਨਡ ਇਨ ਟੂ ਅ ਹੋਟੈਲ ਕੰਪਲੈਕਸ ਰਾਈਟ ਅਸੀਂ ਪਾਸਟ ਇਨਡੈਫੀਨੇਟ ਦਾ ਪੈਸਿਵ ਯੂਜ਼ ਕੀਤਾ ਦੈਨ ਵਾਇਲ ਦੀ ਐਡਜਸਟਿੰਗ ਗੈਰਾਜਿਸ ਵਰ ਡਿਮੋਲਿਸ਼ਡ ਰਾਈਟ ਹੁਣ ਇਹਦੇ ਨਾਲ ਦੇ ਐਡਜਸਟਿੰਗ ਮੀਨਸ ਜਿਹੜੇ ਨਾਲ ਦੇ ਤੁਸੀਂ ਪਿਕਚਰ 'ਚ ਦੇਖੋ ਗੈਰਾਜਿਸ ਦੀ ਜਿਹੜੀ ਬਿਲਡਿੰਗ ਹੈ ਉਹਨੂੰ ਬਿਲਕੁਲ ਚੇਂਜ ਕਰਕੇ ਚੈਲਟਸ ਬਣਾਤੇ ਸੋ ਡਿਮੋਲਿਸ਼ਡ ਡਿਮੋਲਿਸ਼ ਮੀਨਸ ਪੂਰੀ ਤਰ੍ਹਾਂ ਢਾ ਕੇ
ਸੋ ਜਦ ਵੀ ਅਸੀਂ ਕੋਈ ਐਸੀ ਚੀਜ਼ ਬਾਰੇ ਲਿਖਣਾ ਹੈ ਜਿਹਦੇ 'ਚ ਅਸੀਂ ਰੈਨੋਵੇਸ਼ਨ ਨਹੀਂ ਕੀਤੇ ਪਰ ਉਹਨੂੰ ਚੰਗੀ ਤਰ੍ਹਾਂ ਢਾਹ ਕੇ ਅਸੀਂ ਕੁਛ ਇੱਕ ਅਲੱਗ ਚੀਜ਼ ਬਣਾ ਦਿੱਤੀ ਹੈ, ਫਿਰ ਅਸੀਂ ਯੂਜ਼ ਕਰਾਂਗੇ ਡਿਮੋਲਿਸ਼ਡ। ਜਾਂ ਫਿਰ ਤੁਸੀਂ ਵਰਡ ਯੂਜ਼ ਕਰ ਸਕਦੇ ਹੋ ਇਹਦੇ 'ਚ, ਡਿਮੋਲਿਸ਼ ਦੀ ਜਗ੍ਹਾ ਯੂ ਕੈਨ ਯੂਜ਼ ਨੋਕਡਾਊਨ, ਜਾਂ ਨੋਕਡਾਊਨ ਹੋ ਗਿਆ, ਜਾਂ ਤੁਸੀਂ ਲਿਖ ਸਕਦੇ ਹੋ ਰੀਪਲੇਸ, ਰਾਈਟ। ਸੋ ਡਿਮੋਲਿਸ਼ਡ, ਰੀਪਲੇਸਡ, ਨੋਕਡ ਡਾਊਨ, ਇਹਨਾਂ ਤਿੰਨਾਂ 'ਚ ਤੁਸੀਂ ਕੋਈ ਵੀ ਵਰਡ ਤੁਸੀਂ ਲਿਖ ਸਕਦੇ ਹੋ ਉਹਨਾਂ ਚੀਜ਼ਾਂ ਲਈ ਜਿੱਥੇ ਅਸੀਂ ਚੀਜ਼ ਨੂੰ ਬਿਲਕੁਲ ਚੇਂਜ ਕਰਕੇ, ਬਿਲਕੁਲ ਹਟਾ ਕੇ, ਚੰਗੀ ਤਰ੍ਹਾਂ ਢਾ ਕੇ ਕੁਛ ਨਵਾਂ ਬਣਾਇਆ। ਸੋ ਇੱਥੇ ਗਰਾਜਿਸ ਦੀ ਜਗ੍ਹਾ ਉਹਨਾਂ ਨੇ ਚੈਲਟਸ ਬਣਾਤੇ। ਨੈਕਸਟ ਦੇਖੋ, ਐਂਡ ਦ ਚੈਲਟਸ ਇਰੈਕਟਿਡ ਇਨ ਦ ਪਲੇਸ, ਰਾਈਟ। ਅਸੀਂ ਲਾਈਨ ਕੀਤੀ ਐਂਡ ਦ ਚੈਲਟਸ ਇਰੈਕਟਿਡ ਇਨ ਦ ਪਲੇਸ, ਪਾਸਟ ਟੈਂਸ ਦਾ ਯੂਜ਼ ਕੀਤਾ ਹੈ। ਇਰੈਕਟਿਡ, ਇਰੈਕਟਿਡ ਮੀਨਸ ਨਵੀਂ ਚੀਜ਼ ਕੋਈ ਬਣਾਈ ਗਈ ਹੈ, ਰਾਈਟ। ਸੋ ਇਰੈਕਟਿਡ ਦੇ ਨਾਲ ਤੁਸੀਂ ਹੋਰ ਵਰਡਸ ਲਿਖ ਸਕਦੇ ਹੋ, ਐਡ, ਐਡਿਡ ਲਗਾ ਸਕਦੇ ਹੋ, ਜਾਂ ਤੁਸੀਂ ਲਿਖ ਸਕਦੇ ਹੋ ਕੰਸਟਰਕਟ, ਕੰਸਟਰਕਟਿਡ, ਰਾਈਟ। ਅਸੀਂ ਇੱਦਾਂ ਵੀ ਲਿਖ ਸਕਦੇ ਹੋ ਦ ਚੈਲਟਸ ਇਰੈਕਟਿਡ, ਜਾਂ ਫਿਰ ਦ ਚੈਲਟਸ ਐਡਿਡ ਔਰ ਕੰਸਟਰਕਟਿਡ ਇਨ ਦ ਪਲੇਸ। ਸੋ ਇਨ ਦ ਪਲੇਸ ਮਤਲਬ ਉਹਨਾਂ ਦੀ ਜਗ੍ਹਾ, ਰਾਈਟ। ਸੋ ਇਸ ਤਰੀਕੇ ਨਾਲ ਤੁਸੀਂ ਆਪਣੀ ਇਹ ਅਸੀਂ ਚੇਂਜਸ ਲਿਖ ਦਿੱਤੇ ਜੋ ਸਾਡੇ ਆਏ। ਸੋ ਅਸੀਂ ਇਹਦੇ ਵਿੱਚ ਪਾਸਟ ਇਨਡੈਫੀਨਿਟ ਟੈਂਸ ਦਾ ਯੂਜ਼ ਕੀਤਾ ਅਤੇ ਨਾਲ ਪਾਸਟ ਇਨਡੈਫੀਨਿਟ ਦੇ ਪੈਸਿਵ ਫੋਰਮ ਨੂੰ ਯੂਜ਼ ਕੀਤਾ। ਇਸ ਤਰੀਕੇ ਨਾਲ ਸਭਨੀ ਲਾਈਨਸ ਬਣਾਈਆਂ, ਤੁਸੀਂ ਦੇਖੋ, ਰਾਈਟ। ਸੋ ਇਹ ਜਿਹੜੇ ਚੇਂਜਸ ਨੇ, ਰਾਈਟ। ਹੁਣ ਅਸੀਂ ਵਗਦੇ ਹਾਂ ਨੈਕਸਟ ਵੱਲ, ਦੇਖਦੇ ਹਾਂ ਕਿ ਸਾਡੇ ਹੋਰ ਕੀ ਚੇਂਜਸ ਆਏ ਨੇ ਆਪਣੇ 2010। ਹੁਣ ਵਿਲੇਜ ਦੀ ਵੈਸਟ ਸਾਈਡ ਤੁਸੀਂ ਦੇਖੋ ਕਿ ਟੀ ਰੂਮਸ ਬਣੇ ਹੋਏ ਆ। ਹੁਣ ਟੀ ਰੂਮਸ ਨੂੰ ਬਿਲਕੁਲ ਚੇਂਜ ਕਰਕੇ ਸੀ ਫੂਡ ਰੈਸਟੋਰੈਂਟ ਬਣਾ ਗਏ। ਹੁਣ ਟੀ ਰੂਮਸ ਦੀ ਜਗ੍ਹਾ ਜੇ ਅਸੀਂ ਸੀ ਫੂਡ ਰੈਸਟੋਰੈਂਟ ਬਣਾਉਣਾ ਹੈ ਤਾਂ ਸਾਨੂੰ ਟੀ ਰੂਮਸ ਨੂੰ ਢਾਣਾ ਪੈਣਾ। ਉਹਨਾਂ ਨੇ ਬਿਲਕੁਲ, ਤੁਸੀਂ ਪਿਕਚਰ 'ਚ ਹੀ ਦੇਖੋ ਕਿ ਟੀ ਰੂਮਸ ਦੀ ਬਿਲਡਿੰਗ ਬਿਲਕੁਲ ਹੱਟ ਵਰਗੀ ਹੈ ਔਰ ਸੀ ਫੂਡ ਰੈਸਟੋਰੈਂਟ ਅਲੱਗ ਹੈ। ਸੋ ਉਹਨਾਂ ਨੇ ਬਿਲਕੁਲ ਢਾ ਕੇ ਨਵੀਂ ਬਿਲਡਿੰਗ ਬਣਾਈ ਹੈ। ਸੋ ਇਹਦੀ ਜਗ੍ਹਾ ਅਸੀਂ ਨੋਕਡ ਡਾਊਨ ਵਰਡ ਯੂਜ਼ ਕੀਤਾ ਹੈ। ਜਿੱਦਾਂ ਕਿ ਅਸੀਂ ਡੈਮੋਲਿਸ਼ਡ ਵਰਡ ਯੂਜ਼ ਕੀਤਾ ਸੀ, ਅਸੀਂ ਲਿਖਾਂਗੇ ਦ ਟੀ ਰੂਮਸ ਵਰਡ ਨੋਕਡ ਡਾਊਨ ਐਂਡ ਰੀਪਲੇਸਡ ਬਾਏ ਅ ਸੀ ਫੂਡ ਰੈਸਟੋਰੈਂਟ। ਅਸੀਂ ਕੀ ਲਿਖੇ, ਟੀ ਰੂਮਸ ਨੂੰ ਖਤਮ ਕਰਕੇ ਨੋਕਡ ਡਾਊਨ, ਅਗੇਨ ਇੱਥੇ ਅਸੀਂ ਦੇਖੋ ਪਾਸ ਇਨਡੈਫੀਨਿਟ ਦਾ ਪੈਸਿਵ ਲਿਖਿਆ, ਐਂਡ ਰੀਪਲੇਸਡ ਬਾਏ ਅ ਸੀ ਫੂਡ ਰੈਸਟੋਰੈਂਟ। ਸੋ ਜਿਹੜੀ ਟੀ ਰੂਮਸ ਦੀ ਜਗ੍ਹਾ ਸੀ ਉਹ ਸੀ ਫੂਡ ਰੈਸਟੋਰੈਂਟ ਨੇ ਲੈ ਲਈ। ਇਸ ਤਰੀਕੇ ਨਾਲ ਅਸੀਂ ਆਪਣੇ ਇਸ ਡੈਮੋਲਿਸ਼ਨ ਇਸ ਚੇਂਜ ਬਾਰੇ ਗੱਲ ਕਰ ਲਈ। ਸੋ ਸਟੂਡੈਂਟ, ਜਿਹੜੀਆਂ ਲਾਈਨ ਨੇ ਇਹ ਜਿੰਨੀਆਂ ਵੀ ਲਾਈਨਸ ਨੇ ਐਜ਼ ਇਟ ਇਜ਼ ਨੇ, ਤੁਸੀਂ ਇਹਨਾਂ ਨੂੰ ਐਜ਼ ਇਟ ਇਜ਼ ਯੂਜ਼ ਕਰ ਸਕਦੇ ਹੋ, ਰਾਈਟ। ਤੁਹਾਨੂੰ ਬਹੁਤ ਹੈਲਪ ਹੋਏਗੀ ਆਪਣੇ ਮੈਪ ਨੂੰ ਲਿਖਣ ਦੇ ਲਈ। ਤੁਸੀਂ ਸਿਰਫ ਕੀ ਕਰਨਾ, ਜਿਹੜੇ ਚੇਂਜਸ ਨੇ ਉਹਨਾਂ ਨੂੰ ਵਿੱਚ ਐਡ ਕਰਨਾ ਹੈ, ਰਾਈਟ। ਬਾਕੀ ਸਾਰੀਆਂ ਲਾਈਨਸ ਜਿਹੜੀਆਂ ਤੁਸੀਂ ਸੇਮ ਐਜ਼ ਇਟ ਇਜ਼ ਯੂਜ਼ ਕਰ ਸਕਦੇ। ਹੁਣ ਜੇ ਅਸੀਂ ਵਿਲੇਜ ਦੇ ਨੌਰਥ ਵਾਲੀ ਸਾਈਡ 'ਤੇ ਦੇਖੀਏ, ਫਾਰਮਲੈਂਡ ਨੂੰ ਚੇਂਜ ਕਰਕੇ ਉਹਦੀ ਜਗ੍ਹਾ ਸਵਿਮਿੰਗ ਪੂਲ ਅਤੇ ਸਪਾ ਬਣ ਗਿਆ, ਅਤੇ ਉੱਤੇ ਜਿਹੜਾ ਵੁੱਡਲੈਂਡ ਹੈ ਉਹਦੀ ਜਗ੍ਹਾ ਗੋਲਫ ਕੋਰਸ ਬਣ ਗਿਆ। ਹੁਣ ਇਸ ਚੀਜ਼ ਨੂੰ ਅਸੀਂ ਕਿੱਦਾਂ ਲਿਖਾਂਗੇ? ਅਸੀਂ ਲਿਖਾਂਗੇ ਫਾਰਮਲੈਂਡ ਟੂ ਦ ਨੌਰਥ ਆਫ ਵਿਲੇਜ ਮੇਡ ਵੇ ਫੋਰ ਸਵਿਮਿੰਗ ਪੂਲ ਐਂਡ ਸਪਾ। ਇਨ ਦ ਸੇਮ ਵੇ ਦ ਵੁੱਡਲੈਂਡ ਗੇਵ ਵੇ ਟੂ ਗੋਲਫ ਕੋਰਸ। ਹੁਣ ਤੁਸੀਂ ਦੇਖੋ, ਅਸੀਂ ਜਿਹੜਾ ਫਾਰਮਲੈਂਡ ਹੈ ਜਿਹੜਾ ਚੇਂਜ ਹੋ ਗਿਆ ਸਵਿਮਿੰਗ ਪੂਲ ਅਤੇ ਸਪਾ 'ਚ, ਅਸੀਂ ਇਹਨਾਂ ਦੋਨਾਂ ਚੇਂਜਸ 'ਤੇ ਵੁੱਡਲੈਂਡ ਗੋਲਫ ਕੋਰਸ ਵਿੱਚ ਚੇਂਜ ਹੋ ਗਿਆ, ਅਸੀਂ ਇਹਨਾਂ ਨੂੰ ਲਿਖਣ ਦੇ ਲਈ ਦੋ ਫਾਰਮੂਲੇਜ਼ ਦਾ ਯੂਜ਼ ਕੀਤਾ, ਰਾਈਟ। ਪਹਿਲਾਂ ਅਸੀਂ ਯੂਜ਼ ਕੀਤਾ ਮੇਡ ਵੇ ਫੋਰ, ਦੂਸਰਾ ਯੂਜ਼ ਕੀਤਾ ਗੇਵ ਵੇ ਟੂ। ਹੁਣ ਅਸੀਂ ਇਹ ਫਾਰਮੂਲਾ ਨੂੰ ਕਿੱਦਾਂ ਲਿਖਣਾ? ਜਿੱਦਾਂ ਉਹ ਡੈਸ਼ ਮੇਡ ਵੇ ਫੋਰ ਡੈਸ਼। ਹੁਣ ਜਿਹੜਾ ਪਹਿਲਾਂ ਵਾਲਾ ਡੈਸ਼ ਹੈ, ਇੱਥੇ ਤੁਸੀਂ ਭਰਨੀ ਹੈ ਪੁਰਾਣੀ ਚੀਜ਼ ਜੋ ਪਹਿਲਾਂ ਸੀਗੀ, ਉਸ ਤੋਂ ਬਾਅਦ ਮੇਡ ਵੇ ਫੋਰ, ਸੈਕਿੰਡ ਵਾਲੇ ਡੈਸ਼ ਤੁਸੀਂ ਭਰਨਾ ਨਵੀਂ ਚੀਜ਼। ਹੁਣ ਤੁਸੀਂ ਦੇਖੋ ਉੱਪਰ ਪਹਿਲੀ ਸਾਡੀ ਜਿਹੜੀ ਚੀਜ਼ ਸੀਗੀ ਫਾਰਮਲੈਂਡ, ਅਸੀਂ ਲਿਖਤਾ ਫਾਰਮਲੈਂਡ। ਹੁਣ ਉੱਥੇ ਉੱਪਰ ਡਾਇਰੈਕਸ਼ਨ ਲਿਖੀ ਟੂ ਦਾ ਨੌਰਥ ਆਫ ਵਿਲੇਜ ਮੇਡ ਵੇ ਫੋਰ, ਉਹਦੀ ਜਗ੍ਹਾ ਕੀ ਬਣਿਆ? ਸਵਿਮਿੰਗ ਪੂਲ ਐਂਡ ਸਪਾ, ਅਸੀਂ ਇਹ ਫਾਰਮੂਲੇ ਨਾਲ ਲਿਖ ਦਿੱਤਾ, ਰਾਈਟ। ਫਿਰ ਸੈਕਿੰਡ ਤੁਸੀਂ ਦੇਖੋ ਗੇਵ ਵੇ ਟੂ ਵਾਲਾ ਡੈਸ਼ ਗੇਵ ਵੇ ਟੂ ਡੈਸ਼, ਪਹਿਲੇ ਵਾਲੇ ਡੈਸ਼ 'ਚ ਅਸੀਂ ਓਲਡ ਥਿੰਗ ਭਰਾਂਗੇ, ਦੂਸਰੇ ਵਾਲੇ ਡੈਸ਼ 'ਚ ਨਵੀਂ ਡਿਵੈਲਪਮੈਂਟ ਜਿਹੜੀ ਹੋਈ ਹੈ। ਇਨ ਦ ਸੇਮ ਵੇ ਵੀ ਇਸੇ ਤਰੀਕੇ ਨਾਲ ਨੌਰਥ ਵਾਲੀ ਗੱਲ ਹੀ ਹੋ ਰਹੀ ਹੈ, ਦ ਵੁੱਡ ਲੈਂਡ ਜਿਹੜੀ ਪੁਰਾਣੀ ਸੀ, ਰਾਈਟ, ਗੇਵ ਵੇ ਟੂ, ਉਹਦੀ ਜਗ੍ਹਾ ਕੀ ਬਣ ਗਿਆ? ਗੋਲਫ ਕੋਰਸ। ਸੋ ਇਸ ਤਰੀਕੇ ਨਾਲ ਤੁਸੀਂ ਇਹਨਾਂ ਫਰੇਜ਼ਸ ਦਾ ਯੂਜ਼ ਕਰਕੇ ਚੇਂਜਸ ਬੜੇ ਹੀ ਸਿੰਪਲ ਔਰ ਇਫੈਕਟਿਵ ਤਰੀਕੇ ਨਾਲ ਲਿਖ ਸਕਦੇ ਹੋ। ਸੋ ਇਹ ਦੋ ਫਾਰਮੂਲਾਸ ਵੀ ਬਹੁਤ ਇੰਪੋਰਟੈਂਟ ਨੇ। ਇਸ ਤਰੀਕੇ ਨਾਲ ਅਸੀਂ ਆਪਣੇ ਚੇਂਜਸ ਲਿਖਤੇ, ਵੀ ਪੁਰਾਣੀ ਚੀਜ਼ ਲਿਖ ਕੇ ਫਿਰ ਨਵੀਂ ਚੀਜ਼ ਲਿਖਤੀ ਵਿੱਚ ਤੁਸੀਂ ਇਹ ਵਾਲੀ ਫਰੇਜ਼ ਐਡ ਕਰ ਦਿੰਦੇ। ਹੁਣ ਵਿਲੇਜ ਦੇ ਈਸਟ ਵਾਲੀ ਸਾਈਡ, ਰਾਈਟ ਹੈਂਡ ਸਾਈਡ, ਦੇਖੋ ਇੱਕ ਵੁੱਡਲੈਂਡ ਹੈ, ਔਰ ਚੇਂਜਸ ਦੇ ਵਿੱਚ ਉਹਨਾਂ ਨੇ ਕੀ ਕੀਤਾ ਕਿ ਵੁੱਡਲੈਂਡ ਦਾ ਸਾਈਜ਼ ਘਟਾ ਕੇ ਉਹਦੇ ਸਾਊਥ ਵਾਲੇ ਪਾਸੇ, ਮਤਲਬ ਉਹਦੇ ਨੀਚੇ, ਵੁੱਡਲੈਂਡ ਦੇ ਨੀਚੇ ਉਹਨਾਂ ਨੇ ਇੱਕ ਏਅਰਪੋਰਟ ਬਣਾਤਾ। ਹੁਣ ਇਸ ਚੀਜ਼ ਨੂੰ ਅਸੀਂ ਕਿੱਦਾਂ ਲਿਖਾਂਗੇ? ਅਸੀਂ ਲਿਖਾਂਗੇ ਦ ਸਾਈਜ਼ ਆਫ ਵੁੱਡਲੈਂਡ ਟੂ ਦ ਈਸਟ ਆਫ ਵਿਲੇਜ
was decreased and an airport was built to its south. Asi ki likhya, the size of woodland to the east of the village was decreased. Hun katanu se ki likhta? Decreased. And an airport was built to its south. Aur ek airport bana deta gaya to its south. Kede south? Its south matlab woodland de south ch airport ban gaya. Hun itthe se kis formula da use kita? Asi use kita the size of dash was decreased ya fir the size of dash was increased. Right? Hun je tode map de vich kise da size decrease hoya te tusi likh sakde ho the size of dash was decreased. Je vadhya aya te asi likh dange the size of dash was increased. Ya fir size of the jagah tusi area vi likh sakde ho. The area of dash was increased ya area of dash was decreased. So edna is phrases na kite vi size de changes katya vadhya koi area उत्थे तुसी इन्हां फ्रेजेस दा यूज करके बहुत ईजीली तुसी इन्हों घटनू या वधनू लिख सकते हो। विलेज दे साउथ वाल देखो एक नवी चीज बनाई है उन्होंने मरीना, राइट। बाकी सारा असीं डिस्कस कर चुके हैं, यही रह गया। सो असीं देखांगे असीं इन्हों किदां लिखना। असीं लिखांगे इन एडिशन अ न्यू मैनिटी कॉल्ड मरीना वॉज बिल्ट टू द साउथ ऑफ द विलेज। असी इस तरीके नाल पास इनडेफिनेट द पैसिव यूज करके लाइन बनाई कि अ न्यू मैनिटी बिल्कुल नवी चीज जिन्होंने असं की कहने मरीना उन्होंने ना दिता है वॉज बिल्ट टू द साउथ ऑफ द विलेज। डायरेक्शन दसते कि विलेज दे साउथ वाल मरीना नू बनाया गया। सो इस तरीके नाल असी अपनी लाइनस जड़िया बनाई हैं पास इनडेफिनेट, दैट मीनस वर्ब की सैकेंड फॉर्म जिते असी यूज की है, या पास इनडेफिनेट द पैसिव was verb plus third form verb ਦੀ ਅਸੀਂ use ਕੀਤੀ ਹੈ। so ਇਸ ਤਰੀਕੇ ਨਾਲ ਤੁਸੀਂ ਬਹੁਤ easily ਔਰ ਬਹੁਤ effective ਤਰੀਕੇ ਨਾਲ ਆਪਣੇ map ਨੂੰ ਲਿਖ ਸਕਦੇ ਹੋ ਔਰ ਆਪਣੇ ਜਿਹੜੇ bands ਨੇ high band score ਕਰ ਸਕਦੇ ਹੋ, right? so ਜੇ ਤੁਹਾਨੂੰ video ਚੰਗੀ ਲੱਗੀ ਮੈਨੂੰ comment box ਦੱਸਣਾ, do like it, share with your friends and family, right? so thank you so much for watching this video. ਜਲਦੀ ਮਿਲਾਂਗੇ ਇੱਕ ਹੋਰ ਨਵੀਂ video ਦੇ ਨਾਲ। till then keep learning, keep practicing and keep subscribing your only English learning channel, TrueStone English Guru.